ਲਓ ਦੋਸਤੋ ਤੁਸੀਂ ਦੇਖ ਸਕਦੇ ਆ ਐਮਐਫ 385 2023 ਮਾਡਲ ਟਰੈਕਟਰ ਆ ਚੁੱਕੇ ਆ ਮਾਰਕੀਟ ਦੇ ਵਿੱਚ ਤੇ ਅੱਜ ਤੁਹਾਨੂੰ ਇਸ ਦਾ ਰਿਵਿਊ ਕਰਵਾਵਾਂਗੇ ਇਸ ਦੇ ਵਿੱਚ ਕਿਹੜੀ ਚੀਜ਼ ਦੀ ਕੋਈ ਅਸੀਂ ਤਬਦੀਲੀ ਕੀਤੀ ਗਈ ਆ ਜਾਂ ਇਸ ਦੇ ਵਿੱਚ ਜਾਂ ਇਸ ਦੇ ਵਿੱਚ ਪ੍ਰਾਈਸ ਦੀ ਤਬਦੀਲੀ ਕੀਤੀ ਗਈ ਆ ਸਾਰੀ ਗੱਲਬਾਤ ਕਰਦੇ ਆਪੇ ਇਸ ਵੀਡੀਓ ਦੇ ਵਿੱਚ ਅਗਰ ਜੇ ਕੋਈ ਪ੍ਰਾ ਇਸ ਟਰੈਕ ਨੂੰ ਲੈਣਾ ਚਾਹ ਰਿਹਾ ਵਾ ਸਿਰਫ ਉਹ ਦੇਖਣ ਵਾਸਤੇ ਕੇਸ ਦੇ ਵਿੱਚ ਪ੍ਰਾਈਸ ਦਾ ਇਜ਼ਾਫਾ ਕੀਤਾ ਗਿਆ ਜਾਂ ਇਸ ਵਿੱਚ ਕੋਈ ਤਬਦੀਲੀ ਵੀ ਕੀਤੀ ਗਈ ਆ ਸੋ ਇਹ ਆਪਾਂ ਗੱਲਬਾਤ ਕਰਦੇ ਆ ਇਸ ਵੀਡੀਓ ਦੇ ਵਿੱਚ ਜਿਹੜਾ ਕੋਈ ਪ੍ਰਾ ਨਵਾਂ ਇਸ YouTube ਚੈਨਲ ਦੇ ਉੱਪਰ ਆਇਆ ਹੈ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ ਤੇ ਹੁਣ ਕਰਦੇ ਆਂ ਆਪਾਂ ਗੱਲ ਐਮਐਫ 385 ਟੂ 휠 ਡਰਾਈਵ 2023 ਮਾਡਲ ਟਰੈਕਟਰ ਦੇ ਬਾਰੇ ਚ ਕਿ ਇਸ ਦੇ ਵਿੱਚ ਕੋਈ ਤਬਦੀਲੀ ਆਈ ਆ ਜਾਂ ਨਹੀਂ ਆਈ ਅਸਲਾਮ ਅਲੈਕਮ ਦੋਸਤੋ ਮੇਰਾ ਨਾਮ ਹੈ ਸਾਦਰ ਰਜ਼ਾ ਔਰ ਤੁਸੀਂ ਦੇਖ ਰਹੇ ਹੋ ਸਾਦਲ ਐਗਰੀ ਜ਼ੋਨ YouTube ਚੈਨਲ ਸੋ ਦੋਸਤੋ ਅੱਜ ਦੀ ਆਪਣੀ ਇਸ ਵੀਡੀਓ ਵਿੱਚ MF385 2023 ਮਾਡਲ ਟਰੈਕਟਰ ਦੇ ਬਾਰੇ ਚ ਆਪਾਂ ਰਿਵਿਊ ਕਰਾਂਗੇ ਔਰ ਇਸ ਦੇ ਬਾਰੇ ਚ ਇਨਫੋਰਮੇਸ਼ਨ ਨਿਊ ਅਪਡੇਟ ਤਾਰ ਤੱਕ ਸ਼ੇਅਰ ਕਰਾਂਗੇ ਕਿ MF385 2023 ਮਾਡਲ ਟਰੈਕਟਰ ਵਿੱਚ ਕਿਹੜੀ ਚੀਜ਼ ਦੀ ਤਬਦੀਲੀ ਕੀਤੀ ਗਈ ਆ ਔਰ ਇਸ ਦੇ ਵਿੱਚ 2023 ਚ ਕਿੰਨੇ ਦਾ ਇਹ ਟਰੈਕਟਰ ਸੇਲ ਹੋਏਗਾ ਮੁਕੰਮਲ ਗੱਲਬਾਤ ਕਰਦੇ ਆਂ ਆਪਾਂ ਇਸ YouTube ਚੈਨਲ ਦੇ ਉੱਪਰ ਜਿਹੜਾ ਕੋਈ ਨਵਾਂ ਪਰ ਆਇਆ ਇਸ YouTube ਚੈਨਲ ਦੇ ਉੱਪਰ ਆਇਆ ਹੈ ਪਲੀਜ਼ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਕਿ ਮੇਰੇ ਰੋਜ਼ਾਨਾ ਦੇ ਵੀਡੀਓ ਵਲੌਗ ਤੜ ਤੱਕ ਟਾਈਮ ਤੇ ਪਹੁੰਚਣ। ਸੋ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ MF 385 2023 ਮਾਡਲ ਟਰੈਕਟਰ ਦੇ ਬਾਰੇ ਚ ਕਿ ਇਸ ਦੇ ਵਿੱਚ ਕਿਹੜੀ ਚੀਜ਼ ਦੀ ਤਬਦੀਲੀ ਕੀਤੀ ਗਈ ਆ ਔਰ ਇਸ ਦੇ ਵਿੱਚ ਪ੍ਰਾਈਸ ਟੈਕ ਇਸ ਦੀ ਕਿੰਨੀ ਹੋਏਗੀ 2023 ਦੇ ਵਿੱਚ। ਔਰ ਆਪਾਂ ਦੇਖਾਂਗੇ ਇਸ ਦੇ ਵਿੱਚ 2023 ਦੇ ਵਿੱਚ ਕੋਈ ਤਬਦੀਲੀ ਵੀ ਕੀਤੀ ਗਈ ਆ ਜਾਂ ਨਹੀਂ ਸਿਰਫ ਸਿਰਫ ਆਪਾਂ ਨੂੰ ਦੋ MF 385 ਟਰੈਕਟਰ ਦੇ ਕੇ ਸਾਮ ਘਾਰ ਰੇ ਮਿਲਤ ਵਾਲੇ ਇਹ ਆਪਾਂ ਗੱਲਬਾਤ ਕਰਾਂਗੇ ਇਸ YouTube ਚੈਨਲ ਦੇ ਉੱਪਰ। ਸੋ ਦੋਸਤੋ ਕਰਦੇ ਹਾਂ ਵੀਡੀਓ ਦਾ ਆਗਾਜ਼। ਸੋ ਸਭ ਤੋਂ ਪਹਿਲਾਂ ਆਪਾਂ ਅਗਰ ਅਗਰ ਗੱਲ ਕਰੀਏ in so 82 ਟੂ व्हीਲ ਡਰਾਈਵ 2023 ਮਾਡਲ ਟਰੈਕਟਰ ਦੇ ਵਿੱਚ ਕੋਈ ਐਸੀ ਤਬਦੀਲੀ ਬੇਸਿਕ ਨਹੀਂ ਆਈ ਜਿਸ ਦੇ ਵਿੱਚ ਆਪਾਂ ਕਹਿ ਸਕੀਏ ਕਿ ਐਮਐਫ 385 ਟਰੈਕਟਰ ਦੇ ਵਿੱਚ ਆਹ ਚੀਜ਼ ਦੀ ਤਬਦੀਲੀ ਗਈ ਹੈ ਇਸ ਦੀ ਬੁਨਿਆਦ ਦੇ ਵਿੱਚ ਉਹਨਾਂ ਨੇ ਆਪਣਾ ਜੋ ਕਿ ਐਮਐਫ 385 ਦਾ ਜੋ ਕਿ ਰੇਟ ਇਨਕਰੀਜ਼ ਕਰ ਦਿੱਤਾ ਗਿਆ ਐਮਐਫ 385 ਜੋ ਕਿ 2022 ਮਾਡਲ ਟਰੈਕਟਰ ਦੇ ਵਿੱਚ ਜੋ-ਜੋ ਚੀਜ਼ਾਂ ਆ ਰਹੀਆਂ ਸੀ ਉਹੀ ਚੀਜ਼ਾਂ 2023 ਮਾਡਲ ਟਰੈਕਟਰ ਦੇ ਵਿੱਚ ਦੇ ਦਿੱਤੀਆਂ ਗਈਆਂ ਫਿਰ ਸਿਰਫ ਸਿਰਫ ਚੇਂਜ ਕੀਤਾ ਇਸ ਦੀ ਪ੍ਰਾਈਸ ਟੈਗ ਚੇਂਜ ਕਰ ਦਿੱਤੀ ਗਈ ਆ ਉਸੇ ਸਿਰਫ ਆਪਾਂ ਨੂੰ 2023 ਮਾਡਲ 2023 ਯਾਨੀ ਕਿ ਸੈਲੀਬ੍ਰੇਸ਼ਨ ਦੇ ਵਿੱਚ ਇਹਨਾਂ ਨੇ ਆਪਣੇ ਨਾਲ ਯਾਨੀ ਕਿ ਨਿਊ ইয়ার ਸੈਲੀਬ੍ਰੇਟ ਕੀਤੀ ਉਹਦੇ ਵਿੱਚ ਆਪਾਂ ਨੂੰ ਇਹਨਾਂ ਨੇ ਪ੍ਰਾਈਸ ਟੈਗ ਦਾ ਇਜ਼ਾਫਾ ਕਰ ਦਿੱਤਾ ਗਿਆ ਬੰ ਅਗਰ ਆਪਾਂ ਗੱਲ ਕਰੀਏ ਔਰ ਇਹਨਾਂ ਨੂੰ ਪੁੱਛੀਏ ਕਿ ਇਹਨਾਂ ਨੇ ਵਿੱਚ ਇਸ ਦੇ ਵਿੱਚ ਕਿਹੜੀ ਚੀਜ਼ ਦੀ ਅਸੀਂ ਤਬਦੀਲੀ ਕੀਤੀ ਹੈ ਜਿਸ ਦੀ ਬੁਨਿਆਦ ਦੇ ਉੱਪਰ ਇਹ ਆਪਣੇ ਨਾਲ ਯਾਨੀ ਕਿ ਪ੍ਰਾਈਸ ਟੈਗ ਦਾ ਇਜ਼ਾਫਾ ਕਰ ਰਿਹਾ ਹੈ ਪਾਕਿਸਤਾਨ ਦੇ ਵਿੱਚ ਸਿਰਫ ਸਿਰਫ ਪ੍ਰਾਈਸ ਦਾ ਇਜ਼ਾਫਾ ਕਰਨ ਦੀ ਇੱਕ ਬੇਸਿਕ ਔਰ ਮੇਨ ਵਜ੍ਹਾ ਵਾ ਉਸ ਦੀ ਇਹ وجہ ਵਾ ਪੰਜਾਬ ਇਹਨਾਂ ਦੇ ਮੁਕਾਬਲੇ ਚ ਕੋਈ ਕੰਪਨੀ ਐਸੀਆਂ ਨਹੀਂ ਬਣਾਈਆਂ ਗਈਆਂ ਸਿਰਫ ਸਿਰਫ ਨਿਊ ਹੋਲੈਂਡ ਦੀ ਕੰਪਨੀ ਆ ਉਹ ਵੀ ਮਿਲਤ ਦੀ ਤਰਫੋਂ ਦੇਖ ਕੇ ਆਪਦਾ ਜੋ ਕਿ ਪ੍ਰਾਈਸ ਇਨਕਰੀਜ਼ ਕਰਦੀ ਆਪਡਾਉਣ ਯਾਨੀ ਕਿ ਮਿਲਤ ਦੀ ਤਰਫੋਂ ਦੇਖ ਕੇ ਕਰਦੀ ਆ ਜੇ ਅਗਰ ਆਪਾਂ ਆਪਦਾ ہمسਾਇਆ ਮੁਲਕ ਇੰਡੀਆ ਦੀ ਤਰਫ ਦੇਖੀਏ ਤੇ ਉਹਨਾਂ ਦੀ ਜੋ ਕਿ ਟਰੈਕਟਰਾਂ ਦੀਆਂ ਕੰਪਨੀਆਂ ਵਾ ਉਹ ਕਿਉਂ ਨਹੀਂ ਆਪਣੀਆਂ ਟਰੈਕਟਰਾਂ ਦੇ ਯਾਨੀ ਕਿ ਪ੍ਰਾਈਸ ਇਨਕਰੀਸ ਕਰਦੀਆਂ ਅਗਰ ਜੇ ਕਰਦੀਆਂ ਵਾ ਉਸ ਦੇ ਵਿੱਚ ਕੋਈ ਨਾ ਕੋਈ ਅਸੀਂ ਤਬਦੀਲੀ ਲੈ ਕੇ ਆਉਂਦੀ ਹੈ ਜਿਸ ਦੀ ਬੇਸਿਕ ਬੁਨਿਆਦ ਦੇ ਉੱਤੇ ਆਪਦੀ ਯਾਨੀ ਕਿ ਪ੍ਰਾਈਸ ਇਨਕਰੀਸ ਕਰਦੀ ਉਸ ਦਾ ਇਹ وجہ ਹੈ ਕਿ ਉਹਨਾਂ ਦੇ ਇੰਡੀਆ ਦੇ ਵਿੱਚ ਟਰੈਕਟਰਾਂ ਦੀਆਂ ਕਾਫੀ ਕੰਪਨੀਆਂ ਵਾ ਜਿਸ ਦੇ ਥਰੂ ਲੋਕ ਇੱਕ ਦੂਸਰੇ ਨੂੰ ਇੱਕ ਦੂਸਰੇ ਕੰਪਨੀਆਂ ਨੂੰ ਯਾਨੀ ਕਿ ਫੋਲੋ ਕਰਦੇ ਹੋਏ ਕਿਸੇ ਨੂੰ ਕੋਈ ਤਬਦੀਲੀ ਦਾ ਇਜ਼ਾਫਾ ਨਹੀਂ ਕਰਦੀਆਂ ਕਿਉਂਕਿ ਉਹਨਾਂ ਦੀ ਸੇਲ ਮਾਰਕੀਟ ਬਹੁਤ ਘਟ ਜਾਂਦੀ ਹੈ ਇਸ ਕਰਕੇ ਆਪਣੇ ਪਾਕਿਸਤਾਨ ਦੇ ਵਿੱਚ ਸਿਰਫ ਸਿਰਫ ਦੋ ਕੰਪਨੀਆਂ ਮਿਲਤ ਔਰ ਨੀ ਹਾਲੈਂਡ ਇਸ ਕਰਕੇ ਦੋਵੇਂ ਆਪਸ ਵਿੱਚ ਸਲਾਹ ਕਰਕੇ ਪ੍ਰਾਈਸ ਵਧਾਉਂਦੀਆਂ ਪ੍ਰ ਤੇ ਜੇ ਅਗਰ ਆਪਾਂ ਗੱਲ ਕਰੀਏ MF385 ਟੂ 휠 ਡਰਾਈਵ ਦੀ 올ਡ ਪ੍ਰਾਈਸ 2022 ਚ ਕਿਹੜੀ ਚੱਲ ਰਹੀ ਸੀ ਆਪਾਂ ਗੱਲ ਕਰਦੇ ਆਂ 올ਡ ਪ੍ਰਾਈਸ 2022 ਦੇ ਵਿੱਚ ਜੋ ਕਿ ਪ੍ਰਾਈਸ ਚੱਲ ਰਹੀ ਸੀ ਉਹ ਚੱਲ ਰਹੀ ਸੀ 21 ਲੱਖ 42000 ਰੁਪਿਆ MF385 2 wheel drive ਦੀ 2022 ਮਾਡਲ ਦੀ ਪ੍ਰਾਈਸ ਚੱਲ ਰਹੀ ਸੀ ਹੁਣ ਆਪਾਂ ਗੱਲ ਕਰਦੇ ਆ ਐਮਐਫ 385 2 wheel 2023 ਮਾਡਲ ਟਰੈਕਟਰ ਦੀ ਅਗਰ ਆਪਾਂ ਪ੍ਰਾਈਸ ਦੇ ਬਾਰੇ ਚ ਗੱਲ ਕਰਦੇ ਹਾਂ ਨਿਊ 2023 ਮਾਡਲ ਟਰੈਕਟਰ ਦੀ ਜਿਹੜੀ ਆਪਣੀ ਪ੍ਰਾਈਸ ਚੱਲ ਰਹੀ ਆ ਹੁਣ 2023 ਦੇ ਵਿੱਚ ਨਿਊ ਅਪਡੇਟ ਕਰ ਦਿੱਤੀ ਗਈ ਆ ਉਹ ਆ ਜਨਾਬ 23,87000 ਰੁਪਿਆ ਇਸ ਦੀ ਪ੍ਰਾਈਸ ਆ ਯਕੀਨਨ ਤੁਸੀਂ ਇਹ ਸੁਣ ਕੇ ਅਪਡੇਟ ਤੇ ਹੋ ਹੀ ਗਏ ਹੋਣੇ ਆ ਕਿ 2023 ਦੇ ਵਿੱਚ ਇਹ ਕਿਹੜੀ ਚੀਜ਼ ਦੀ ਤਬਦੀਲੀ ਕਰ ਦਿੱਤੀ ਗਈ ਹੈ ਹੁਣ ਤੁਹਾਨੂੰ ਮੈਂ ਦੱਸਦਾ ਅਸਲ ਗੱਲ 2023 ਦੇ ਵਿੱਚ ਐਮਐਫ 385 ਟੂ व्हीਲ ਡਰਾਈਵ ਦੀ ਜੋ ਕਿ ਤਬਦੀਲੀ ਕੀਤੀ ਆ ਉਹ ਆ ਜਨਾਬ 23,87000 ਰੁਪਿਆ ਇਹ ਅਪਡੇਟ 2023 ਜੇ ਕਰ ਦਿੱਤੀ ਗਈ ਆ ਯਕੀਨਨ ਤੁਸੀਂ ਦੇਖ ਕੇ ਅਪਡੇਟ ਤੇ ਹੋ ਹੀ ਗਏ ਹੋਣੇ ਆ ਬਰਹਾਲ ਇਹ ਰੇਟ ਇਨਕਰੀਸ ਜਾਣੇ ਆ ਵਾਪਸ ਨਹੀਂ ਆਉਣੇ ਯਾਨੀ ਕਿ ਕਟਣੇ ਨਹੀਂ ਆ ਰੇਟ ਇਹ 23 ਤੋਂ ਵੀ 25 ਤੋਂ 26 ਤੱਕ ਪਹੁੰਚ ਜਾਣੇ ਉਮੀਦ ਹੈ ਇਤਨੀ। ਤੋਂ ਦੋਸਤੋ ਇਹ ਸੀ ਆਪਣੀ ਅੱਜ ਦੀ ਵੀਡੀਓ। ਉਮੀਦ ਕਰਦਾ ਤੁਹਾਨੂੰ ਚੰਗੀ ਲੱਗੀ ਹੋਏਗੀ। ਚੰਗੀ ਲੱਗੀ ਹੋ ਤੇ ਲਾਈਕ ਤੇ ਕਮੈਂਟ ਕਰਕੇ لازمی ਦੱਸਿਓ। ਤੇ ਇਹ ਸੀ 2023 ਮਾਡਲ ਟਰੈਕਟਰ ਦੀ ਨਿਊ ਅਪਡੇਟ ਪ੍ਰਾਈਸ ਜੋ ਅਗਧਰ ਤੱਕ ਸ਼ੇਅਰ ਕਰ ਦਿੱਤੀ ਗਈ ਆ। ਸੋ ਅੱਲਾਹ ਹਾਫਿਜ਼। ਤੁਹਾਨੂੰ ਜੀ ਲਾਜ਼ਮੀ ਯਾ ਰੱਖਿਓ।